ਜਿਹੜੇ ਮਵਾਲੀ ਬੈਠੋ ਹੈਦਰ ਇਕਰਾਰ ਦੇ ਮਿਲ ਕੇ ਨਾਮੇ ਅਮੀਰ ਦੀ ਗੂੰਜ ਹੋਵੇ ਹੈਦਰ ਮੌਲਾ ਤੋਂ ਸਲੋਗਨ ਆਬਾਦ ਸ਼ਾਦ ਰੱਖੇ ਸਦਕਾ ਮੁਹੰਮਦ ਔਰ ਅਹਿਲ ਬੈਤ ਮੁਹੰਮਦ ਦਾ ਮੌਲਾ ਬਾਨੀ ਮਜਲਿਸ ਸਜਾਦ ਹੈਦਰ ਤੀਮੀਆਂ ਦੀ ਪੂਰੀ ਵਿੱਚ ਆਈ ਮੌਲਾ ਮਨਜ਼ੂਰ ਅਤੇ ਮਕਬੂਲ ਫਰਮਾ ਇਹਨਾਂ ਲੋਕਾਂ ਦੇ ਰਿਜ਼ਕ ਵਿੱਚ ਮੌਲਾ ਕਾਇਨਾਤ ਬਰਕਤ ਪਾਵੇ ਮੌਲਾ ਇਹਨਾਂ ਦੇ ਮਰਹੂਮੀਨ ਦੀ ਮਗਫਰਤ ਫਰਮਾਵੇ ਮੌਲਾ ਉਹਨਾਂ ਨੂੰ ਕਰਵਟ ਕਰਵਟ ਜੰਨਤ ਨਸੀਬ ਫਰਮਾਵੇ ਤੁਸੀਂ ਜਿਤਨੇ ਆਏ ਬੈਠੇ ਇਸ ਦਰਬਾਰੇ ਆਲੀਏ 'ਚ ਮੌਲਾ ਤੁਹਾਡਾ ਟੁਰਾਇਆ ਮਨਜ਼ੂਰ ਅਤੇ ਮਕਬੂਲ ਫਰਮਾਵੇ ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਅਲਾਹੁਮਾ ਫਰਮਾਨ ਨਬਵੀ ਹੈ ਆਪਣੀਆਂ ਮਜਲਸਾਂ ਨੂੰ ਜ਼ੀਨਤ ਦਿਓ ਮੇਰੇ ਬਿਰਾ ਆਲੀ ਦੇ ਜ਼ਿਕਰ ਨਾਲ ਉਹ ਮੌਲਾਨਾ ਪੜ੍ਹ ਰਹੇ ਹਨ ਵਾਲਦ ਅਮੀਰ ਮੋਮਿਨੀਨ ਲੰਗਰ ਆਸਮਾਨੋ ਜ਼ਮੀਨ ਮਰਕਜ਼ ਅਨਵਾਰ ਕਾਇਨਾਤ ਦੀ ਵਾਲਦ ਗਰਾਮੀ ਜਨਾਬ ਫਾਤਿਮਾ ਬਿੰਤੇ ਅਸਦ ਬੀਬੀ ਰਿਵਾਇਤ ਫਰਮਾਉਂਦੀ ਹਨ ਮੈਂ ਆਪਣੇ ਸਹਿਨ ਚ ਬੈਠੀ ਹਾਂ ਫੌਰਨ ਆਵਾਜ਼ ਆਈ ਫਾਤਿਮਾ ਉੱਠੀ ਬੈਤੁੱਲਾਹ ਦੀ ਤਰਫ ਟੁਰ ਸਮਝਦਾਰ ਬੰਦੇ ਹੈਦਰੀ ਬੀਬੀ ਅਦੀ ਆਵਾਜ਼ ਕਿਸ ਦਾ ਹੁਕਮੇ ਇਹ ਜ਼ਦੀ ਹੋਇਆ ਬੀਬੀ ਅਦੀ ਕਿਉਂ ਮੰਨਿਆ ਅੱਲਾ ਦਾ ਹੁਕਮ ਹੋਇਆ ਤੈਨੂੰ ਨਹੀਂ ਪਤਾ ਤੇਰੇ ਮੌਲੂਦ ਮਕਸੂਦ ਦਾ ਜ਼ਹੂਰ ਹੋਣ ਵਾਲਾ ਹੈ ਸਮਝਦਾਰ ਚਿਹਰੇ ਤੁਹਾਡੀ ਹਯਾਤੀ ਹੋਵੇ ਬੀਬੀ ਅਦੀ ਮੈਂ ਚੁੱਪ ਕਰਕੇ ਟੁਰ ਪਈਆਂ ਰਸਤੇ 'ਚ ਆਈਆਂ ਫੌਰਨ ਇੱਕ ਖਿਆਲ ਆਇਆ ਅੱਗੇ ਵੀ ਇੱਕ ਬੀਬੀ ਬਤੂਲ ਆਈ ਜਨਾਬ ਮਰੀਅਮ ਅੱਲਾ ਦਾ ਹੁਕਮ ਮਿਲਿਆ ਆਈ ਕਾਬੇ ਦੇ ਟੋਰ ਜਦੋਂ ਬੀਬੀ ਕਾਬੇ ਕੋਲ ਆਈ ਆਈ ਝਿਣਕ ਮਿਲੀ ਆਈ ਵਾਪਸ ਚਲੀ ਜਾ ਇਹ ਸੱਚਾ ਖਾਨਾ ਨਹੀਂ ਇਹ ਬੈਤੁੱਲਾ ਹੈ ਬੀਬੀ ਆਦੀ ਮਤਾ ਮੈਨੂੰ ਹੀ ਝਿਣਕ ਮਿਲੇ ਮੈਂ ਇਮਰਾਨ ਦੀ ਬੀਵੀ ਹਾਂ ਅਬਦੁਲ ਮੁਤਲਬ ਦੀ ਨੋ ਹਾਂ ਜਿਹੜੇ ਸਮਝਦਾਰ ਬੰਦੇ ਆਏ ਬੈਠੇ ਹੋ ਅੱਛੀ ਬਾਤ ਹੈ ਮੈਂ ਇੱਥੋਂ ਵਾਪਸ ਹੋ ਵਜਾਂ ਬੀਬੀ ਆਦੀ ਸੁਚੇਂਦੀ ਪਈਆਂ ਫੌਰਨ ਆਵਾਜ਼ ਆਈ ਫਾਤਿਮਾ ਕਿ ਸੋਚ ਰਹੀ ਹੈ ਤੂੰ ਆਪਣੇ ਆਪ ਨੂੰ ਪਹਿਚਾਨੋ ਈਸਾ ਦੀ ਮਾਂ ਆਈ ਤੂੰ ਅਲੀ ਦੀ ਮਾਂ ਹੈ ਕਿਆ ਬਾਤ ਹੈ ਬਈ ਤੁਹਾਡੀ ਤੁਹਾਨੂੰ ਇਮਾਮ ਹੁਸੈਨ ਰੰਗ ਲਾਵੇ ਅੱਲਾ ਤੇਰੀ ਹਯਾਤੀ ਕਰੇ ਬੀਬੀ ਦਰਵਾਜ਼ੇ ਦੀ ਨੂੰ ਆਉਣਾ ਚਾਹੇ ਆ ਸਕਦੀ ਆਈ ਬੈਤੁੱਲਾਹ ਦੇ ਚਾਬੀ ਬਰਦਾਰ ਸਰਕਾਰੇ ਹਜ਼ਰਤ ਇਮਰਾਨ ਜਨਾਬੇ ਅਬੂ ਤਾਲਿਬ ਨੇ ਅਬੂ ਤਾਲਿਬ ਕੁੱਲੇ ਇਮਾਨ ਦਾ ਬਾਬਾ ਹੈ ਮੋਹਸਿਨ ਰਿਸਾਲਤ ਹੈ ਅਬੂ ਤਾਲਿਬ ਨੂੰ ਪਤਾ ਨਹੀਂ ਮੇਰੀ ਬੀਵੀ ਜਾ ਰਹੀ ਹੈ ਬੈਤੁੱਲਾਹ ਅੱਲਾ ਦਾ ਹੁਕਮ ਮਿਲਿਆ ਜਾਂ ਬੀਬੀ ਚਲੀ ਜਾਵੇ ਆ ਜਨਾਬ ਇਮਰਾਨ ਨੂੰ ਆਖਿਆ ਮੌਲਾ ਦਰਵਾਜ਼ਾ ਖੋਲਦੇ ਹੋ ਮੇਰੇ ਦਾਦੇ ਹਸਨ ਸ਼ਾਹ ਹੋਰੀ ਫਰਮਾਉਂਦੇ ਹਨ ਹਮੇਸ਼ਾ ਦੀਵਾਰਾਂ ਹੀ ਦਰ ਲੱਗਦੇ ਨੇ ਦਰਾਂ ਹੀ ਦਰ ਲੱਗੇ ਕਦੀ ਨਹੀਂ ਮੁਹੰਮਦ ਦਾ ਫਰਮਾਨ ਹੈ ਮੈਂ ਇਲਮ ਦਾ ਸ਼ਹਿਰ ਹਾਂ ਅਲੀ ਮੇਰਾ ਦਰਵਾਜ਼ਾ ਹੈ ਲਾਜ਼ਮ ਹੈ ਨਿਆ ਦਰ ਰੋਵਿਆ ਬੀਬੀ ਆਦੀ ਮੈਂ ਆਈਆਂ ਦੀਵਾਰ ਦੇ ਦੂਰੋਂ ਮੈਂ ਡਿੱਠਾ ਦੀਵਾਰ ਬੰਦ ਦਰਵਾਜ਼ਾ ਬੰਦ ਬੀਬੀ ਆਦੀ ਮੈਨੂੰ ਅੱਲਾਹ ਨੇ ਘਰੋਂ ਬੁਲਾਇਆ ਇੰਤਜ਼ਾਮ ਕੋਈ ਨਹੀਂ ਹੋਇਆ ਇੱਥੇ ਹੁਣ ਜ਼ਾਕਿਰ ਮੌਲੀਆ ਦਿਲ ਜਣੇ ਬੀਬੀ ਆਈ ਖੱਲੀ ਰਹੀ ਖੱਲੀ ਰਹੀ ਲਾਜ਼ਮ ਤੋਂ ਬਾਅਦ ਆਖੁਦ ਅੱਲਾਹ ਮੇਰੇ ਆਉਣ ਵਾਲੇ ਮੌਲੂਦ ਦਾ ਵਾਸਤੇ ਹੀ ਮੇਰੀ ਮੁਸ਼ਕਿਲ ਆਸਾਨ ਫਰਮਾ ਬਈ ਉਸੀ ਗੱਲ ਮੇਰਾ ਇਤਫਾਕ ਨਹੀਂ ਇਸ ਗੱਲ ਨਾਲ ਮੈਨੂੰ ਸਹੀਦਾ ਦਾਵਤ ਦਿੱਤੀ ਹੈ ਮੇਰੇ ਅਜ਼ੀਜ਼ ਹਨ ਐ ਮੈਂ ਆਇਆ ਉਹ ਮੇਰੇ ਮੁੰਤਜ਼ਰ ਹਨ ਅਸਾਂ ਸਦੇ ਹੋਇਆ ਉਸ ਆਉਣਾ ਉਸ ਮਜਲਿਸ ਪੜ੍ਹਨੀ ਹੈ ਤੁਹਾਡੀ ਹਯਾਤੀ ਹੋਵੇ ਯਾਦ ਰੱਖੋ ਜਿਸ ਨੂੰ ਦਾਵਤ ਦੀ ਵੀਵੇ ਘਰੋਂ ਸਦੀਵੇ ਉਦੋਂ ਮੁੰਤਜ਼ਰ ਰਹਿਣਾ ਪਾਉਂਦਾ ਹੈ ਤੁਹਾਡੀ ਹਯਾਤੀ ਹੋਵੇ ਬੀਬੀ ਅਦੀ ਜੇ ਦੀਵਾਰ ਤੋਂ ਦੂਰ ਆਮੂ ਮੈਂ ਜਿੱਥੇ ਦੀਵਾਰ ਬੰਦ ਫੌਰਨ ਅੱਲਾ ਦਾ ਹੁਕਮ ਮਿਲਿਆ ਜਿਬਰਾਈਲ ਜੀ ਰੱਬੇ ਜਲੀ ਜਲਦੀ ਜਾ ਫੌਰਨ ਜਾ ਮਿੰਟ ਲਾ ਪਾਲਣੇ ਵਾਲਾ ਕਿਤੇ ਵੰਜਾ ਅੱਲਾ ਦਾ ਹੁਕਮ ਜ਼ਮੀਨ 'ਤੇ ਵੱਜਣਾ ਹੀ ਮੱਕੇ ਵੱਜਣਾ ਹੀ ਕਾਬੇ 'ਚ ਵੱਜਣਾ ਹੀ ਜਿਹੜਾ ਰਹਿਮਾਨ ਦਾ ਹੁਕਮ ਹੋਇਆ ਉਹ ਕਸੀਦੇ ਦੀ ਸ਼ਕਲ ਜਨਾਬ ਦੇ ਸਾਹਮਣੇ ਪੇਸ਼ ਕਰ ਰਿਹਾ ਮਿਲ ਕੇ ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਅਲਾਹੁਮਾ ਮੌਲਾ ਤੁਸੀਂ ਲੋਗਨ ਆਬਾਦ ਸ਼ਾਦ ਰੱਖੇ ਸਦਕਾ ਮੁਹੰਮਦ ਔਰ ਅਹਿਲ ਬੈਤ ਮੁਹੰਮਦ ਦਾ ਮੌਲਾ ਤੁਹਾਨੂੰ